ਉਹ ਭਰਾ ਦੇ ਉੱਪਰ ਵੀ ਬਹੁਤ ਵੱਡੀ ਜਿਹੜੀ ਜ਼ਿੰਮੇਵਾਰੀ ਆ ਅੱਜ ਦੇ ਕੱਪ ਦੀ, ਜਿਹਦੀ ਯਾਰੀ ਵੀ ਆ। ਕਹਿੰਦੇ ਦੀਪ ਸ਼ੇਰਗਿੱਲ ਤੇ ਗੁਰੀਪੁਰ ਵਾਲੀਵਾਲ ਦੇ ਨਾਲ ਨਾਲ ਗੁਰਦੀਪ ਲਹਾਰਾ, ਸਾਡੇ ਮਾਮੇ ਦਾ ਪੁੱਤ ਹੈ ਰਮਨ ਨਾਗਰੇ ਦੇ ਮਾਮੇ ਦਾ ਪੁੱਤ ਹੈ ਗੁਰਦੀਪ ਲਹਾਰੇ ਵਾਲਾ, ਉਹ ਵੀ ਕਹਿੰਦੇ ਚੇਚੇ ਤੌਰ ਦੇ ਉੱਤੇ ਆਇਆ ਹੈ। ਗੁਰਦੀਪ ਲਹਾਰੇ ਵਾਲਾ ਉਹ ਵੀ ਕਹਿੰਦੇ ਚੇਚੇ ਤੌਰ ਦੇ ਉੱਤੇ ਆਇਆ ਹੈ ਸਾਡਾ ਵੀਰ ਗੁਰਮਨ ਕਰਕੇ ਹੋਣੀ, ਸਾਡੇ ਭਰਾ ਜਿਹੜੇ ਵਿਸ਼ੇਸ਼ ਤੌਰ ਦੇ ਉੱਤੇ ਪੁੱਜੇ ਹੋਏ ਆ ਮੇਰੇ ਵੀਰੋ। ਫਾਈਨਲ ਸ਼ੁਰੂ ਕਰਵਾਈਏ ਆਪਾਂ ਮਾਈਕ ਦੇ ਅਮਨ। ਜੌਲੀ ਭੜੋ ਵਾਲਾ ਪਲੀਜ਼ ਜਲਦੀ ਦੇ ਨਾਲ ਗਰਾਊਂਡ ਦੇ ਵੱਲ ਆ ਜਾਵੇ। ਜੌਲੀ ਭੜੋ ਜੌਲੀ ਨੇ ਮੇਰਾ ਖਿਆਲ ਆ ਪਹਿਲਾਂ ਜੌਲੀ ਠੀਕ ਹੈ ਕਰਾਓ ਜੀ ਮੈਚ ਜਲਦੀ ਨਾਲ ਸ਼ੁਰੂ ਲਓ। ਫਾਈਨਲ ਮੈਚ ਕਢਾਣੀ ਦੇ ਕਬੱਡੀ ਕੱਪ ਦਾ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਮੇਰੇ ਵੀਰੋ। ਇੱਕ ਪਾਸੇ ਟੀਮ ਢੋਡਿਆਂ ਦੀ ਹੈ ਔਰ ਦੂਸਰੇ ਪਾਸੇ ਬਰੜਵਾਲ, ਦੋਨੋਂ ਟੀਮਾਂ ਦੇ ਦਰਮਿਆਨ ਜਲਦੀ ਦੇ ਨਾਲ ਮੈਚ ਹੈ ਜਿਹੜਾ ਸ਼ੁਰੂ ਕਰ ਦਿੱਤਾ ਜਾਵੇ। ਜਲਦੀ ਸ਼ੁਰੂ ਕਰਾਂਗੇ ਮੈਚ ਆਪਾਂ ਢੋਡਿਆਂ ਦੀ ਟੀਮ ਦਾ। ਇੱਕ ਸਾਥੀ ਸਾਡੇ ਕੋਲ ਆ ਗਿਆ ਇਹਨਾਂ ਦੀ ਮਾਇਆ ਫੜਨ ਦੇ ਲਈ। ਬਰੜਵਾਲ ਦੀ ਟੀਮ ਦੇ ਇੱਕ ਐਕਸਟਰਾ ਪਲੇਅਰ ਨੂੰ ਜਾ ਕੇ ਉਹਨਾਂ ਦੇ ਨਾਲ ਵੀਰ ਆਇਆ ਹੋਵੇ, ਮੇਰੀ ਬੇਨਤੀ ਹੈ ਵੀ ਉਹ ਭਰਾ ਜਿਹੜੇ ਆ ਜਾਣ ਮਾਇਆ ਫੜਨ ਦੇ ਲਈ ਬਰੜਵਾਲ ਦੀ ਟੀਮ ਦੇ। ਲੈ ਵੀ ਕੇਸੀ ਇੱਕ ਜਣ ਨੂੰ ਭੇਜ ਦਿਓ ਮੇਰਾ ਵੀਰ, ਕਿਉਂਕਿ ਪਹਿਲੇ ਗਰਾਊਂਡ ਕਲੀਅਰ ਹੋਵੇਗਾ ਫਿਰ ਮੈਚ ਸ਼ੁਰੂ ਹੋਣਾ। ਪਹਿਲਾਂ ਗਰਾਊਂਡ ਕਲੀਅਰ ਹੋਵੇਗਾ ਫਿਰ ਫਾਈਨਲ ਮੈਚ ਹੈ ਜਿਹੜਾ ਆਪਾਂ ਸ਼ੁਰੂ ਕਰਵਾਉਣਾ। ਬੇਨਤੀ ਹੈ ਸਾਰੇ ਵੀਰ, ਸਕੋਰਰ ਵੀਰ ਤੁਸੀਂ ਵੀ ਥੋੜ੍ਹਾ ਥੋੜ੍ਹਾ ਪਿੱਛੇ ਨੂੰ ਆ ਜਾਓ ਸਾਰੇ ਵੀਰ ਜਲਦੀ ਨਾਲ। ਫਾਈਨਲ ਸੁਪਰ ਫਾਈਨਲ ਕਢਾਣੀ ਦੇ ਕਬੱਡੀ ਕੱਪ ਦਾ ਇਸ ਵੇਲੇ ਕਹਿੰਦੇ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ ਮੇਰੇ ਵੀਰੋ। ਖੇਡ ਖੇਡਾਂ ਵਿੱਚੋਂ ਵੱਡੀ ਜਿਹਨੂੰ ਆਖਦੇ ਕਬੱਡੀ, ਖੇਡੀ ਜਾਂਦੀ ਲਾ ਕੇ ਪੂਰਾ ਇਹ ਤਾਣ ਮਿੱਤਰੋ, ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ, ਕਬੱਡੀ ਭੰਗੜਾ ਪੰਜਾਬੀਆਂ ਦੀ ਸ਼ਾਨ ਮਿੱਤਰੋ, ਪੰਜਾਬੀਆਂ ਦੀ ਜਿੰਦ ਜਾਨ ਖੇਡ ਕਬੱਡੀ ਦਾ ਫਾਈਨਲ ਮੈਚ ਕਢਾਣੀ ਦੇ ਕਬੱਡੀ ਕੱਪ ਦੇ। ਇੱਕ ਪਾਸੇ ਢੋਡਿਆਂ ਦੀ ਟੀਮ ਹੈ ਔਰ ਦੂਸਰੇ ਪਾਸੇ ਬਰੜਵਾਲ, ਦੋਨੋਂ ਟੀਮਾਂ ਦੇ ਦਰਮਿਆਨ ਇਸ ਵੇਲੇ ਮੈਚ ਦੀ ਸ਼ੁਰੂਆਤ ਹੋਣ ਜਾ ਰਹੀ ਹੈ। ਕੇਸੀ ਨੇ ਕਹਿੰਦੇ ਮੱਥਾ ਟੇਕ ਦਿੱਤਾ ਹੰਦਾਂ ਦੇ ਵਿਚਕਾਰ, ਪਹਿਲੀ ਰੇਡ ਪਾਉਣ ਦੇ ਲਈ ਵੇਖਣਾ ਵੀ ਕਿਹੜਾ ਖਿਡਾਰੀ ਵਧੇਗਾ ਫਾਈਨਲ ਮੈਚ ਦੀ ਪਹਿਲੀ ਰੇਡ। ਜੌਲੀ ਭਰੋ ਵਾਲੇ ਦੀਆਂ ਤਿੰਨ ਰੇਟਾਂ ਕਹਿੰਦੇ 1000 ਦੀਆਂ ਪੈਣਗੀਆਂ। ਮਾਨ ਬ੍ਰਦਰ ਲੈ ਵੀ ਅਮਨ ਜਿਹਦੇ ਉੱਤੇ ਤੇਰਾ ਦਿਲ ਕਰਦਾ ਵੀਰ, ਕਹਿੰਦੇ ਮੈਂ ਆਪ ਹੀ ਬੋਲੀ ਗਈ। ਮਾਨ ਬ੍ਰਦਰ ਸਾਡੇ ਵੀਰ ਹੈ ਸੁਖਵਿੰਦਰ ਮਾਨ, ਜਿਹੜੇ ਸਨੀ ਢਿੱਲੋਂ ਦੇ ਕਹਿੰਦੇ ਸੱਦੇ ਦੇ ਉੱਤੇ ਆਇਆ ਹੈ। ਕਰਨਜੀਤ ਮਾਨ, ਜਪਿੰਦਰ ਮਾਨ, ਕਮਲ ਮਾਨ, ਸ਼ੈਰੀ ਮਾਨ, ਉਹਨੇ ਗੁਰਮਨ ਗਰਜ ਹੋਣੀ ਸਾਡੇ ਵੀਰ ਹੈ। ਇਹ ਭਰਾ ਕਹਿੰਦੇ ਵੀ 2000 ਜਿਹੜਾ ਰੇਡਰ ਪਹਿਲੀ ਰੇਡ ਪਾ ਦੇਗਾ, ਉਹਦੀਆਂ ਤਿੰਨ ਰੇਡਾਂ 2000 ਦੀ ਇਹਨਾਂ ਭਰਾਵਾਂ ਵੱਲੋਂ ਹੋਣਗੀਆਂ। ਲਓ ਪਹਿਲੀ 2000 ਦੀ ਰੇਡ ਕੀਪਾ ਘਨੌਰੀ ਵਾਲਾ, ਫਾਈਨਲ ਮੈਚ ਦੀ ਪਹਿਲੀ ਰੇਡ, ਇੱਕ ਵਾਰੀ ਤਾੜੀਆਂ ਮਾਰ ਦਿਓ ਦਰਸ਼ਕ ਵੀਰੋ। ਫਾਈਨਲ ਮੈਚ ਕਢਾਣੀ ਦੇ ਕਬੱਡੀ ਕੱਪ ਦਾ ਪਹਿਲੀ ਰੇਡ ਇਸ ਵੇਲੇ ਨੌਜਵਾਨ ਇਹ ਕੀਪਾ ਖੇਡ ਮੈਦਾਨ ਦੇ ਵਿੱਚ ਪਾਉਣ ਦੇ ਲਈ ਵਧਿਆ ਹੋਇਆ। ਲਓ ਬਿੰਦੂ ਢੋਡਿਆਲਾ ਤੇ ਪੁੱਠੀ ਕਰੀ ਆਉਂਦਾ ਮੁੰਡਾ, ਕਹਿੰਦੇ ਅੱਜ ਕੱਲ੍ਹ ਬੱਲੇ ਬੱਲੇ ਕਰਵਾ ਰਿਹਾ ਆ ਢੋਡਿਆ ਵਾਲਾ ਬਿੰਦੂ ਖੇਡ ਮੈਦਾਨ ਦੇ ਵਿੱਚ ਬੱਲੇ ਬੱਲੇ ਪਾਓ। ਢੋਡਿਆ ਵਾਲੇ ਬਿੰਦੂ ਦਾ 2000 ਦਾ ਹੱਕਦਾਰ ਬਣ ਗਿਆ, 2000 ਦਾ ਜੱਫਾ ਲੱਗਿਆ ਸਾਡੇ ਵੀਰ ਮਾਨ ਬ੍ਰਦਰ ਸੁਖਵਿੰਦਰ ਮਾਨ, ਕਰਮਜੀਤ ਮਾਨ, ਜਪਿੰਦਰ ਮਾਨ, ਕਮਲ ਮਾਨ ਤੇ ਸ਼ਹਿਰੀ ਮਾਨ ਵੱਲੋਂ 2000 ਹੈ। ਲਓ ਜੱਜ ਮੰਡੀਆਂ ਵਾਲਾ, ਲੈ ਵੀ ਪੰਮੇ ਕਹਿਣ ਵਾਲਾ ਮਾਇਆ ਨਾਲ ਦੀ ਨਾਲ ਫੜੀ ਜਾ। ਲਓ ਜੱਜ ਮੰਡੀਆਂ ਵਾਲੇ ਦੀ ਕਹਿੰਦੇ ਕਬੱਡੀ ਜਿਹੜੀ ਇਸ ਵੇਲੇ ਪੈ ਰਹੀ ਹੈ ਜੱਜ ਮੰਡੀਆਂ ਵਾਲਾ। ਉਹ ਸਾਹਮਣੇ ਚਾਰ ਕਹਿੰਦੇ ਤਿਆਰ ਵਰ ਤਿਆਰ ਨੇ ਹੁਣ ਚੌਂ ਜਾਫੀਆਂ ਵਿੱਚੋਂ ਆਏ ਕਹਿੰਦੇ ਢੀਰਸੇ ਪਰਿਵਾਰ ਦਾ ਕਰਮਜੀਤ ਸਿੰਘ ਕਰਮੀ ਇਸ ਵੇਲੇ ਮੈਨੂੰ ਲੱਗਦਾ ਵੀ ਗੱਲ ਵੱਖਰੀ ਬਣਾਉਣ ਲੱਗਿਆ ਤੇ ਮੰਡੀਆਂ ਵਾਲੇ ਜੱਜ ਨੂੰ ਜੱਫਾ ਲਾਉਣ ਲੱਗਿਆ, ਉੱਧਰ ਵੀ ਜੱਫਾ ਲੱਗ ਚੁੱਕਿਆ। ਲੈ ਵੀ ਅਮਨ ਕਰ ਵੀ ਗੱਲ ਗੁਰਵਿੰਦਰ ਦੀ ਰੇਡ ਦੀ, ਗੁਰਵਿੰਦਰ ਲਓ ਗੁਰਵਿੰਦਰ ਇਸ ਵੇਲੇ ਕਹਿੰਦੇ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਗੁਰਵਿੰਦਰ ਦੀ ਰੇਡ, ਚਾਰ ਜਾਫੀ ਤਿਆਰ ਨੇ ਮੇਰੇ ਵੀਰੋ, ਗੁਰਵਿੰਦਰ ਦੀ ਰੇਡ ਹੈ। ਇੱਕ ਕੰਨੀ ਤੇ ਅਮਨ ਪੱਤਣ ਹੈ, ਦੂਸਰੀ ਕੰਨੀ ਤੇ ਬਿੰਦੂ ਹੈ ਬਿੱਲ ਹੈ। ਲਓ ਢੋਡਿਆਂ ਵਾਲੇ ਬਿੰਦੂ ਦਾ ਦੂਜਾ ਜੱਫਾ, ਆਹ ਵਾਹ ਏ ਮੁੰਡਿਆ, ਜੱਫੇ ਤੇ ਜੱਫਾ ਠਾ ਜੱਫਾ ਬਿੰਦੂ ਨੇ ਲਾਤਾ ਕੇਸੀਆ, ਤੂੰ ਵੀ ਹੁਣ ਲਾ ਜੱਫਾ, ਆਹ ਜੱਫੇ ਤੇ ਜੱਫਾ ਠਾ ਜੱਫਾ ਹੈ, ਐਨ ਤਿੰਨ ਜੱਫੇ ਲੱਗ ਗਏ ਹੈ। ਕਬੱਡੀ ਇਸ ਵੇਲੇ ਨੌਜਵਾਨ ਗੱਭਰੂ ਨੇ ਖੇਡ ਮੈਦਾਨ ਦੇ ਵਿੱਚ ਪਾ ਦਿੱਤੀ ਹੈ ਚਾਰ ਜਾਫੀਆਂ ਵਿੱਚੋਂ, ਹੁਣ ਕਿਹੜਾ ਨੌਜਵਾਨ ਲਾਓ ਬਿੰਦੂ ਦੇ ਦੋ ਜੱਫੇ
ਤੇ ਕਰਮੀ ਦਾ ਦੂਜਾ ਜਫਾ ਆਹ ਨਜ਼ਾਰਾ ਆ ਗਿਆ ਫਾਈਨਲ ਦਾ ਮੇਰੇ ਵੀਰੋ ਆਹ ਨਜ਼ਾਰਾ ਆ ਗਿਆ ਫਾਈਨਲ ਦਾ ਦਰਸ਼ਕ ਵੀਰੋ ਪਹਿਲੇ ਚਾਰ ਜਫੇ ਵਧੀਆ ਲੱਗੇ ਤੇ ਇੱਕ ਵਾਰੀ ਤਾੜੀਆਂ ਦੇ ਲਲਕਾਰਾ ਆਹ ਗੋਵਿੰਦ ਕੜਾਣੀ ਇਲਾਕਾ ਮੇਰੇ ਵੀਰੋ ਸਾਰਾ ਐਨ ਧਨ ਧਨ ਹੋਈ ਪਈ ਹੈ ਲਓ ਕੀਪੇ ਦੀ ਰੇਡ ਤੇ ਬੱਬੂ ਗੱਲ ਕਰ ਰਹੇ ਲਓ ਕੀਪਾ ਘਨੌਰੀ ਵਾਲਾ ਕਹਿੰਦੇ ਕਬੱਡੀ ਪਾਰਾ ਉਧਰ ਪ੍ਰਗਟ ਸਰਪੰਚ ਜੀ ਸਿਆੜ ਵਾਲੇ ਉਹ ਵੀ ਕਹਿੰਦੇ ਵੱਡੇ ਮਾਣ ਕਰ ਰਹੇ ਖਿਡਾਰੀਆਂ ਦੇ ਸਾਹਮਣੇ ਕਹਿੰਦੇ ਕੀਪੇ ਦੇ ਬੋਲੇ ਹੋਏ ਧਾਵੇ ਦੇ ਉੱਪਰ ਵੇਖਾਂਗੇ ਵੀ ਪੰਜਵਾਂ ਜਫਾ ਲੱਗ ਪਾਵੇਗਾ ਜਾਂ ਨਹੀਂ ਓ ਸਾਹਮਣੇ ਕਹਿੰਦੇ ਪੁਆਇੰਟ ਇਹ ਆ ਕੀਪਾ ਘਨੌਰੀ ਵਾਲਾ ਢੋਡਿਆਂ ਵਾਲੇ ਬਿੱਲੇ ਕੋਲੋਂ ਕਹਿੰਦੇ ਪੁਆਇੰਟ ਲੈ ਕੇ ਗਿਆ ਅਗਲੀ ਰੇਡ ਜੱਜ ਮੰਡੀਆਂ ਵਾਲ ਦੀ ਪੈ ਰਹੀ ਹੈ ਇਹ ਆ ਗੁਰਦੀਪ ਸਿੰਘ ਜੱਜ ਮੰਡੀਆਂ ਵਾਲਾ ਉਧਰ ਚਾਰ ਨੌਜਵਾਨ ਕਹਿੰਦੇ ਛੋਟਾ ਕੱਗੀ ਵੀ ਸਿਰੇ ਦੇ ਜਫੇ ਲਾਉਂਦਾ ਨਾਲ ਕਹਿੰਦੇ ਕਰਮੀ ਦੇ ਵੀ ਜਫੇ ਦੋ ਹੋ ਗਏ ਹੈ ਕੇਸੀ ਵਰਗੇ ਕਾਲੇ ਵਰਗੇ ਚੌਂ ਜਾਫੀਆਂ ਵਿੱਚੋਂ ਹੁਣ ਕੌਣ ਮੇਰੇ ਵੀਰੋ ਕਰਵਾਵੇਗਾ ਬੱਲੇ ਬੱਲੇ ਪਈ ਰੇਡ ਦੇ ਉੱਪਰ ਐਨ ਚਾਰੇ ਕਹਿੰਦੇ ਤਿਆਰ ਵਾਰ ਤਿਆਰ ਨੇ ਬਰੜ ਵਾਲ ਦੀ ਧਰਤੀ ਦੇ ਨਾ ਕਰਮੀ 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 ਬਰੜ ਵਾਲੀ ਹੈ ਕਿ ਮਿੱਤਰਾਂ ਨੂੰ ਬੋਲਣ ਦੀ ਲੋੜ ਕੋਈ ਨਾ ਸਾਡੇ ਪੱਲਿਆਂ ਰਿਕਾਰਡ ਬੋਲਦੇ ਪਰ ਇਸ ਵੇਲੇ ਜੱਜ ਮੰਡੀਆਂ ਵਾਲਾ ਤਕੜਾ ਨੰਬਰ ਜੋੜਦਾ ਹੋਇਆ ਗੁਰਵਿੰਦਰ ਦੀ ਰੇਡ ਖੇਡ ਮੈਦਾਨ ਦੇ ਵਿੱਚ ਪੈ ਰਹੀ ਹੈ ਮੈਂ ਵੀ ਮਨਵੀ ਵਾਲਿਆ ਦੇਈ ਧਿਆਨ ਯਾਰ ਆਓ ਗੁਰਵਿੰਦਰ ਦੀ ਕਬੱਡੀ ਹੈ ਚਾਰ ਜਾਫੀਆਂ ਵਿੱਚੋਂ ਬਿੰਦੂ ਅਮਰ ਪੱਤਣ ਬਿੱਲਾ ਢੋਡਿਆਂ ਵਾਲਾ ਕਿਹੜਾ ਖਿਡਾਰੀ ਬੱਲੇ ਬੱਲੇ ਕਰਵਾਉਂਦਾ ਗੱਲ ਸਮੇਂ ਦੀ ਹੈ ਆਹ ਧਾਵੀ ਦਾ ਬੋਲਿਆ ਹੋਇਆ ਧਾਵਾ ਅੱਜ ਕਹਿੰਦੇ ਘੁੜਾਣੀ ਦਾ ਮੇਲਾ ਬਿੰਦੂ ਸਿਰਾਂ ਲਾ ਗਿਆ ਆਹ ਬਿੰਦੂ ਤੀਜਾ ਜਫਾ ਲਾ ਗਿਆ ਮੇਰੇ ਵੀਰੋ ਬਿੰਦੂ ਢੋਡਿਆਂ ਵਾਲਾ ਤੀਜਾ ਜਫਾ ਲਾ ਗਿਆ ਘੜਾਣੀ ਦੇ ਕੱਪ ਤੇ ਬੱਲੇ ਬੱਲੇ ਕਰਵਾ ਗਿਆ ਅੱਜ ਕਾਲੇ ਦਾ ਮੇਲਾ ਤੇ ਦੁਨੀਆਂ ਨੂੰ ਨਜ਼ਾਰਾ ਆ ਗਿਆ ਕਲਗੀਧਰ ਸਪੋਰਟਸ ਕਲੱਬ ਦਾ ਮੇਲਾ ਐਨ ਦੁਨੀਆਂ ਨੂੰ ਸਵਾਦ ਆ ਗਿਆ ਪਈ ਹੋਈ ਰੇਡ ਨੌਜਵਾਨ ਗੱਭਰੂ ਕਾਲਾ ਮੇਰੇ ਵੀਰੋ ਆਹ ਕਾਲੇ ਦੀ ਕਬੱਡੀ ਹੈ ਚਾਰ ਜਾਫੀਆਂ ਵਿੱਚੋਂ ਧੂਰੀ ਵਾਲਾ ਕਾਲਾ ਕਾਲੇ ਦੀ ਕਾਲੇ ਨਾਲ ਟੱਕਰ ਹੈ ਤੇ ਨੰਬਰ ਇਸ ਲਈ ਘਣੀ ਵਾਲੀ ਆ ਪਟਿਆਲੇ ਵਾਲਾ ਮੁੰਡਾ ਆਪਣੀ ਟੀਮ ਦੇ ਲਈ ਜੋੜਦਾ ਹੈ ਕੀਪੇ ਦੀ ਰੇਡ ਤੇ ਬੱਬੂ ਵੀਰ ਗੱਲ ਕਰ ਰਹੇ ਹਾਂ ਲਓ ਕੀਪਾ ਕਹਿੰਦੇ ਘਨੌਰੀ ਪਿੰਡ ਵਾਲਾ ਇਸ ਵੇਲੇ ਵਧਿਆ ਹੈ ਰੇਡ ਪਾਉਣ ਲਈ ਫਾਈਨਲ ਮੈਚ ਕਢਾਣੀ ਦੇ ਕਹਿੰਦੇ ਤੀਜੇ ਕੱਪ ਦਾ ਜਿਹੜਾ ਖੇਡਿਆ ਜਾ ਰਿਹਾ ਹੈ ਲੈ ਵੀ ਕਾਲੇ ਵੀਰ ਉਹ ਵੇਖ ਸਾਹਮਣੇ ਮੁੰਡਾ ਕੀਪਾ ਘਨੌਰੀ ਵਾਲਾ ਵਧਿਆ ਹੈ ਰੇਡ ਪਾਉਣ ਦੇ ਲਈ ਉਹ ਚੌਥਾ ਜਫਾ ਬਿੰਦੂ ਢੋਡਿਆਂ ਵਾਲ ਦਾ ਚੌਥਾ ਜਫਾ ਲਾ ਦਿੱਤਾ ਦਰਸ਼ਕ ਵੀਰੋ ਜੇ ਬਿੰਦੂ ਦੇ ਜਫੇ ਵਧੀਆ ਲੱਗੇ ਤੇ ਇੱਕ ਲਲਕਾਰਾ ਬਿੰਦੂ ਦੇ ਨਾਂ ਦਾ ਐਨ ਦੁਨੀਆਂ ਆਨੰਦ ਮਾਰ ਰਹੀ ਹੈ ਦੁਨੀਆਂ ਆਨੰਦ ਮਾਰ ਰਹੀ ਹੈ ਮੰਡੀਆਂ ਵਾਲਾ ਜੱਜ ਕਬੱਡੀ ਪਾਉਣ ਦੇ ਲਈ ਵਧਿਆ ਹੋਇਆ ਇਹ ਹੈ ਜੱਜ ਮੰਡੀਆਂ ਵਾਲਾ ਸਾਡੇ ਕਲੱਬ ਵਾਲੇ ਵੀਰਾਂ ਕੋਲ ਇੱਕ ਮੋਬਾਈਲ ਫੋਨ ਹੈ ਜੇ ਕਿਸੇ ਵੀਰ ਦਾ ਗੁੰਮ ਹੋਇਆ ਹੋਵੇ ਤਾਂ ਉਹ ਮੋਬਾਈਲ ਨੰਬਰ ਦੀ ਨਿਸ਼ਾਨੀ ਦੱਸ ਕੇ ਕਲੱਬ ਦੇ ਕੋਲੋਂ ਅੱਜ ਵੀ ਪ੍ਰਾਪਤ ਕਰ ਸਕਦਾ ਤੇ ਕੱਲ ਨੂੰ ਵੀ ਕਲੱਬ ਵਾਲੇ ਵੀਰ ਕਹਿੰਦੇ ਪ੍ਰਾਪਤ ਕਰ ਸਕਦਾ ਆਹ ਪਈ ਹੋਈ ਰੇਡ ਮੇਰੇ ਵੀਰੋ ਇਸ ਵੇਲੇ ਬੋਲਿਆ ਹੋਇਆ ਧਾਵਾ ਤੇ ਪੰਜਵਾਂ ਜਫਾ ਹੁਣ ਬਿੰਦੂ ਢੋਡਿਆਂ ਵਾਲਾ ਲਾ ਕੇ ਅੱਜ ਮੋਟਰਸਾਈਕਲ ਜਿੱਤੇਗਾ ਕਿ ਨਹੀਂ ਆਹ ਪਰ ਸਾਹਮਣੇ ਪੁਆਇੰਟ ਰੇਡਰ ਦਾ ਮੇਰੇ ਵੀਰੋ ਨੰਬਰ ਬਰਦਵਾਲ ਦੀ ਟੀਮ ਦੇ ਹਿੱਸੇ ਜੁੜ ਗਿਆ ਲੈ ਵੀ ਬੱਬੂ ਕਾਲਾ ਰੇਡ ਪਾਉਣ ਆ ਗਿਆ ਇਹ ਕਾਲਾ ਕਬੱਡੀ ਪਾਉਣ ਆ ਗਿਆ ਇੱਕ ਕਾਲਾ ਘੁੜਾਣੀ ਵਾਲਾ ਅੱਜ ਕੱਪ ਕਰਵਾ ਰਿਹਾ ਹੈ ਔਰ ਕਹਿੰਦੇ ਚੋਟੀ ਦੇ ਪੰਜਾਬ ਦੇ ਸਿੰਗਲ ਬੁਲਾ ਰਿਹਾ ਮੇਰੇ ਵੀਰੋ ਪੰਜਾਬ ਦੇ ਚੋਟੀ ਦੇ ਸਿੰਗਲ ਘੜਾਣੀ ਦੇ ਕਬੱਡੀ ਕੱਪ ਤੇ ਪੁੱਜ ਚੁੱਕੇ ਹੈ ਫਾਈਨਲ ਮੈਚ ਹੈ ਆਹ ਕਾਲੇ ਦੀ ਪਈ ਹੋਈ ਰੇਡ ਤੇ ਗੱਗੀ ਨਾਲ ਮੁਕਾਬਲਾ ਗੱਗੀ ਨਾਲ ਮੁਕਾਬਲਾ ਤੇ ਨੰਬਰ ਕਾਲੇ ਦਾ ਲਓ ਕਾਲਾ ਕਹਿੰਦੇ ਘਣੀ ਵਾਲ ਦੀ ਧਰਤੀ ਦਾ ਪਾਉਣ ਦਾ ਵਾਅਦਾ ਕਰਦਾ ਹੋਇਆ ਲੈ ਵੀ ਅਮਨ ਕਾਲਾ ਵੀਰ ਕਹਿੰਦਾ ਵੀ ਮਣੀ ਧੂੜ ਵਾਲੇ ਦਾ ਧੰਨਵਾਦ ਕਰ ਦਿਓ ਵੀ ਮਣੀ ਧੂੜ ਵਾਲਾ ਸਾਡਾ ਵੀਰ ਜੀ ਨੇ ਟੀਮਾਂ ਬਣਾਉਣ ਦੇ ਵਿੱਚ ਵੱਡਾ ਸਾਨੂੰ ਸਹਿਯੋਗ ਦਿੱਤਾ ਕਾਲਾ ਵੀਰ ਕਹਿੰਦਾ ਵੀ ਮੇਰੇ ਵੱਲੋਂ ਮੇਰੇ ਕਲੱਬ ਵੱਲੋਂ ਵਿਸ਼ੇਸ਼ ਤੌਰ ਤੇ ਧੰਨਵਾਦ ਕਰ ਦਿਓ ਮਣੀ ਧੂੜ ਵਾਲੇ ਦਾ ਉਹ ਸਾਹਮਣੇ ਕਹਿੰਦੇ ਪਈ ਰੇਡ ਦੇ ਉੱਪਰ ਹੁਣ ਚਾਰ ਜਾਫੀਆਂ ਵਿੱਚੋਂ ਲੈ ਵੀ ਬਿੰਦੂ ਜੇ ਤੂੰ ਜਫਾ ਲਾਵੇਂ ਮਾਨ ਬ੍ਰਦਰ ਕਹਿੰਦੇ 1000 ਦੇਵਾਂਗੇ ਆਪਾਂ ਪਰ ਸਾਹਮਣੇ ਅਮਨ ਪੱਤਣ ਅਮਨ ਪੱਤਣਾਂ ਵਾਲਾ ਜੱਜ ਦੀਆਂ ਤਿੰਨ ਰੇਡਾਂ 1100 ਦੀਆਂ ਜੱਸਾ ਕਾਕੂ ਲੱਕੀ ਤੇ ਕੁਲਦੀਪ ਵੱਲੋਂ ਲਓ ਤਿੰਨ ਰੇਡਾਂ 1100 ਦੀਆਂ ਦੋ ਰੇਡਾਂ ਨਹੀਂ 1100 ਲਾ ਦੇ ਕੁਲਦੀਪ ਕਹਿੰਦਾ ਆਹ ਸਾਹਮਣੇ ਪਈ ਹੋਈ ਰੇਡ ਨੌਜਵਾਨ ਗੱਭਰੂ ਮੰਡੀਆਂ ਵਾਲੇ ਜੱਜ ਦੀ ਤੇ ਜਾਫੀ ਇਸ ਵੇਲੇ ਗੱਗੀ ਨੌਜਵਾਨ ਕੋਸ਼ਿਸ਼ ਕਰ ਰਿਹਾ ਲਓ 1100 ਦੇ ਚੱਕਰ ਪਵਾਇਆ ਗੱਗੀ ਨੇ ਕਹਿੰਦੇ ਇਸ ਵੇਲੇ ਜੱਜ ਨੂੰ ਜਫਾ ਲਾਇਆ ਆਹ ਨਜ਼ਾਰਾ ਕਹਿੰਦੇ ਕਢਾਣੀ ਦੇ ਕੱਪ ਦੇ ਆਇਆ ਲਓ 1100 ਦੇ ਦੇ ਕੁਲਦੀਪ ਇਸ ਨੌਜਵਾਨ ਗੱਭਰੂ ਨੂੰ ਅਗਲੀ ਰੇਡ ਪੈ ਰਹੀ ਹੈ ਬੱਬੂ ਕਰੀ ਗੱਲ ਲਓ ਮੁੰਡਾ ਕਹਿੰਦੇ ਬਰੜ ਵਾਲੀ ਅਗਲੀ ਰੇਡ ਪਾਉਣ ਲਈ ਫਿਰ ਇਸ ਵੇਲੇ ਵਧਿਆ ਹੈ ਮੇਰੇ ਵੀਰ ਉਧਰ ਬਿੰਦੂ ਦੇ ਜਫੇ ਦੇ ਉੱਪਰ
ਸਾਡੇ ਵੀਰ ਸੁਖਵਿੰਦਰ ਮਾਨ, ਕਰਮਜੀਤ ਮਾਨ, ਜਪਿੰਦਰ ਮਾਨ, ਕਮਲ ਮਾਨ ਤੇ ਸ਼ੈਰੀ ਮਾਨ ਵੱਲੋਂ ਕਹਿੰਦੇ 1000 ਜਿਹੜਾ ਦਿੱਤਾ ਜਾਵੇਗਾ ਸਨੀ ਢਿੱਲੋਂ ਦੇ ਯਾਰਾਂ ਵੱਲੋਂ। ਆਓ ਸਾਹਮਣੇ ਕੱਢੋ ਕਿਰਾਂ 1000 ਲੱਗ ਚੁੱਕਿਆ ਜੱਫਾ, ਕਹਿੰਦੇ ਬਿੰਦੂ ਢੋਡਿਆਂ ਵਾਲੇ, ਬਿੰਦੂ ਢੋਡਿਆਂ ਵਾਲਾ ਮੈਨੂੰ ਲੱਗਦਾ ਵੀ ਮੋਟਰਸਾਈਕਲ ਅੱਜ ਲੈ ਕੇ ਜਾਊ ਵੈਸੇ ਆਪੀ ਵਾਲਾ। ਆਹ ਅਗਲੀ ਰੇਡ ਧੋਣ ਦੇ ਲਈ ਕਾਲਾ ਫਿਰ ਵੱਧ ਰਿਹਾ ਨੌਜਵਾਨ ਗੱਭਰੂ ਪਿੰਦਰੀ ਸਰਪੰਚ ਸਾਹਰ ਮਾਜਰੇ ਵਾਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਸਨੀ ਵੀਰ ਹੋਣਾ ਦਾ, ਪ੍ਰਿੰਸ ਹੋਣਾ ਦਾ, ਸਾਰਿਆਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਜਿੰਨੇ ਵੀ ਕਾਲੇ ਵੀਰ ਦੇ ਸਾਥੀ ਵਿਦੇਸ਼ਾਂ ਤੋਂ ਅੱਜ ਦੇ ਕੱਪ ਦੇ ਲਈ ਯੋਗਦਾਨ ਪਾ ਰਹੇ ਹੈ, ਆਓ ਸਾਹਮਣੇ। ਇਸ ਵੇਲੇ ਕਰਮੀ ਬਰੜ ਵਾਲੀ ਹੈ ਪਰ ਕਾਲੇ ਨੇ ਨੰਬਰ ਜੋੜ ਦਿੱਤਾ। ਅਗਲੀ ਰੇਡ ਗੁਰਵਿੰਦਰ ਦੀ ਬਾਬੂ ਕਰੀ ਗੱਲ, ਲਓ ਕਹਿੰਦੇ ਗੁਰਵਿੰਦਰ ਅਗਲੀ ਰੇਡ ਪਾ ਰਿਹਾ ਬਰੜ ਵਾਲੀ ਆ। ਗੁਰਵਿੰਦਰ ਸਿੰਘ ਇਸ ਵੇਲੇ ਕਬੱਡੀ ਪਾਉਣ ਦੇ ਲਈ ਵਧਿਆ ਹੈ ਮੇਰੇ ਵੀਰੋ। ਚਾਰ ਜਾਫੀਆਂ ਵਿੱਚੋਂ ਬਿੱਲਾ ਢੋਡਿਆਂ ਵਾਲਾ ਵੀ ਐਨ ਅੱਜ ਦੇ ਟਾਈਮ ਦਾ, ਅੱਜ ਦੇ ਸਮੇਂ ਦਾ ਕਹਿੰਦੇ ਚੋਟੀ ਦਾ ਖਿਡਾਰੀ ਹੈ, ਪਰ ਆਹ ਜਿਵੇਂ ਕਹਿੰਦੇ ਹੁੰਦੇ ਆ ਵੀ ਬੜਾ ਤਜਰਬੇਕਾਰ ਹੈ ਮੇਰੇ ਵੀਰੋ, ਇਹ ਅਮਨ ਪੱਤਣ ਹੈ। ਜਦੋਂ ਐਨ ਮੇਰੇ ਵੀਰੋ ਮੁੰਡੇ ਨੇ ਸਿਰਾ ਕਰਵਾਇਆ, ਇਹ ਕਹਿੰਦਾ ਵੀ ਜਦੋਂ ਮੈਂ 6 ਜਫੇ ਲਾਉਂਦਾ ਸੀਗਾ ਨਾ ਵੀ ਮੈਨੂੰ ਸਵਾਲ ਨਹੀਂ ਸੀ ਆਉਂਦਾ ਵੀ ਅੱਜ ਮੇਰੇ ਜਫੇ 10 ਤੋਂ 12 ਕਿਉਂ ਨਹੀਂ ਲੱਗੀ, ਕਿਉਂਕਿ ਇਹਦੇ 10-10 ਜਫੇ ਕਹਿੰਦੇ ਇੱਕ ਮੈਚ ਵਿੱਚ ਹੁੰਦੇ ਰਹੇ। ਕੁਲਦੀਪ ਕਹਿੰਦਾ ਵੀ ਮੈਂ ਆਪ ਵੇਖਿਆ ਜਫੇ ਮੁੰਡੇ ਦੇ, ਕਾਲੇ ਸੰਘਾ ਵਾਲੇ ਘੋਦੇ ਦੇ ਨਾਲ ਜੋੜੀ ਦੁਨੀਆਂ ਦੇ ਵਿੱਚ ਮੰਨੀ ਗਈ ਹੈ। ਆਓ ਸਾਹਮਣੇ ਜੱਜ ਮੰਡੀਆਂ ਵਾਲਾ, ਉਧਰ ਕਾਕੂ ਵੀਰ ਹੋਣਾ ਦਾ, ਜੱਸੇ ਹੋਣਾ ਦਾ, ਪ੍ਰਿੰਸ ਕੈਨੇਡਾ ਹੋਣਾ ਦਾ, ਲੱਕੀ ਹੋਣਾ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ। ਐਨ ਫਾਈਨਲ ਮੈਚ ਜਿਹੜਾ ਦੋਨੋਂ ਟੀਮਾਂ ਦੇ ਦਰਮਿਆਨ ਕਢਾਣੀ ਦੇ ਕਬੱਡੀ ਕੱਪ ਦਾ ਖੇਡਿਆ ਜਾ ਰਿਹਾ ਫਾਈਨਲ। ਉਧਰ ਆਏ ਹੋਏ ਸਾਰੇ ਭਰਾਵਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ। ਲਓ ਬਿੱਲਾ, ਆਹ ਵਾਹ ਵੇ ਬਿੱਲਿਆ, ਆਹ ਵਾਹ ਵੇ ਬਿੱਲਿਆ। ਲਓ ਮੈਂ ਸਮਾਪਤ ਇਸ ਮੈਚ ਦਾ ਰਿਜ਼ਲਟ, ਰਿਜ਼ਲਟ ਬਰੜਵਾਲ ਦੇ ਨੰਬਰ ਨੇ 5, ਢੋਡਿਆਂ ਦੇ ਨੰਬਰ 14.5, ਬੈਸਟ ਸੈਂਟਰ ਦੇ ਜਾਫੀ ਮਨੀ ਧੂੜ, ਮਨੀ ਧੂੜ, ਮਨੀ ਧੂੜ ਸਾਡਾ ਵੀਰ ਖੁਸ਼ ਬੈਣੀਪਾਲ ਦਾ ਖਾਸ ਤੌਰ ਤੇ ਧੰਨਵਾਦ ਹੈ। ਖੁਸ਼ ਬੈਣੀਪਾਲ ਸਾਡਾ ਵੀਰ ਹੈ, ਖੁਸ਼ ਬੈਣੀਪਾਲ ਦਾ ਬਹੁਤ ਬਹੁਤ ਧੰਨਵਾਦ ਸਾਡੇ ਵੀਰ ਦਾ। ਮਾਨ ਬ੍ਰਦਰ ਸਾਡੇ ਵੀਰਾਂ ਨੇ ਵੱਡਾ ਯੋਗਦਾਨ ਪਾਇਆ ਮੇਰੇ ਵੀਰ ਅੱਜ ਦੇ ਕੱਪ ਨੂੰ ਕਰਵਾਉਣ ਦੇ ਲਈ। ਨਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਸੈਂਟਰ ਜੋ ਪੁਆਇੰਟਾਂ ਦੇ ਹਿਸਾਬ ਦੇ ਨਾਲ ਕਾਲਾ ਮੇਰੇ ਵੀਰੋ ਗਣੀ ਵਾਲੀ ਹੈ, ਪਰ ਟੀਮ ਦੀ ਸਹਿਮਤੀ ਦੇ ਨਾਲ ਜੱਜ ਮੰਡੀਆਂ ਵਾਲਾ ਵੀ ਜੁਆਇੰਟ ਜਿਹੜਾ ਬੈਸਟ ਹੈ। ਬੈਸਟ ਜਾਫੀ ਬਿੰਦੂ ਢੋਡਿਆਂ ਵਾਲਾ ਅੱਜ ਦੇ ਟੂਰਨਾਮੈਂਟ ਦਾ ਬੈਸਟ ਜਾਫੀ ਹੈ, 6-5 ਜਫੇ ਤੇ ਟੀਮ ਦੀ ਸਹਿਮਤੀ ਦੇ ਨਾਲ ਅਮਨ ਤੇ ਨਾਲ ਬਿੱਲਾ ਸਾਰੇ ਇਹ ਖਿਡਾਰੀ ਜਿਹੜੇ ਬੈਸਟ ਨੇ ਮੇਰੇ ਵੀਰੋ। ਮੁਬਾਰਕਬਾਦ ਹੈ ਢੋਡਿਆਂ ਦੀ ਟੀਮ ਨੇ ਕਢਾਣੀ ਦਾ ਕਬੱਡੀ ਕੱਪ ਜਿੱਤ ਲਿਆ ਮੇਰੇ ਵੀਰੋ, ਢੋਡਿਆਂ ਦੀ ਟੀਮ ਨੇ ਕਢਾਣੀ ਦਾ ਕਬੱਡੀ ਕੱਪ ਜਿੱਤ ਲਿਆ। ਕਾਲੇ ਕਢਾਣੀ ਵੱਲੋਂ ਜਿੰਨੀ ਵੀ ਸੰਗਤ ਆਈ ਹੈ ਸਾਰੀ ਸੰਗਤ ਦਾ ਬਹੁਤ ਬਹੁਤ ਧੰਨਵਾਦ ਹੈ, ਸਾਰੇ ਖਿਡਾਰੀਆਂ ਦਾ ਬਹੁਤ ਬਹੁਤ ਧੰਨਵਾਦ ਹੈ ਕਾਲੇ ਕਢਾਣੀ ਵੀਰ ਵੱਲੋਂ, ਸਾਰੇ ਖਿਡਾਰੀਆਂ ਦਾ, ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਧੰਨਵਾਦ ਸਾਡੇ ਵੀਰ। ਸੁੱਖੀ ਕੈਨੇਡਾ, ਗਗਨ ਕੈਨੇਡਾ, ਉਹਨਾਂ ਦਾ ਵੀ ਧੰਨਵਾਦ। ਲੈ ਵੀ ਰਾਜਨ ਵੀਰ ਤੇਰਾ ਵੀ ਧੰਨਵਾਦ ਹੈ, ਰਾਜਨ ਪੈਲ ਵਾਲਾ। ਬੈਸਟ ਸੈਂਟਰ ਤੇ ਸਾਰੀ ਟੀਮ ਹੀ ਆ ਜਾਣੀ ਹੈ ਜੀ, ਇੱਥੇ ਸਾਰੀ ਟੀਮ ਹੀ ਆ ਜਾਣੀ ਹੈ, ਸਾਰੇ ਵੀਰ ਰਾਜਨ ਹੋਣਾ ਦਾ, ਸਮੀ ਹੋਣਾ ਦਾ ਤੇ ਪਿੰਬਰੀ ਸਰਪੰਚ ਸਹਾਰਨ ਮਾਜਰੇ ਵਾਲੇ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਪਿੰਬਰੀ ਸਰਪੰਚ ਹੋਣਾ ਦਾ। ਲੱਕੀ ਪੱਲਾ, ਕਾਕੂ ਪੱਲਾ, ਗੁਰਵਿੰਦਰ ਭਾਈ, ਇਹ ਸਾਡੇ ਵੀਰ ਜੱਸੇ ਵੀਰ ਦੇ ਸੱਦੇ ਦੇ ਉੱਪਰ ਆਇਆ ਹੈ। ਹਾਂਜੀ, ਇੱਕ ਮੋਬਾਈਲ ਸਾਨੂੰ ਮਿਲਿਆ, ਜਿਹੜਾ ਵੀਰ ਦਾ ਹੋਵੇ ਸਾਡੇ ਕੋਲੋਂ ਲਿਜਾ ਸਕਦਾ, ਚਾਹੇ ਅੱਜ ਲੈ ਜਾਵੇ ਚਾਹੇ ਸਵੇਰੇ ਲੈ ਜੇ। ਅਲੋਣੇ ਪੱਲੇ ਦੇ ਵਿੱਚ 13, 14, 15 ਤੇ 16 ਫਰਵਰੀ ਨੂੰ ਫੁੱਟਬਾਲ ਕੱਪ ਜਿਹੜਾ ਹੋ ਰਿਹਾ ਹੈ, ਪਹਿਲਾ ਪ੍ਰਾਈਜ਼ 71,000, ਦੂਜਾ ਪ੍ਰਾਈਜ਼ 51,000, ਤੀਜਾ ਤੇ ਚੌਥਾ ਪ੍ਰਾਈਜ਼ 11,000, ਪੰਜਵਾਂ ਤੇ 6ਵਾਂ ਪ੍ਰਾਈਜ਼, 7ਵਾਂ ਤੇ 8ਵਾਂ ਪ੍ਰਾਈਜ਼ 3100। ਇਹ ਸਾਡੇ ਵੀਰ ਜਿਹੜੇ ਦੇ ਰਿਹਾ, ਇਕਬਾਲ ਸਿੰਘ ਜੀ ਗੋਲੇ USA ਵੱਲੋਂ ਪਹਿਲਾ ਪ੍ਰਾਈਜ਼, ਨਾਲ ਕਰਮ ਸਿੰਘ ਜੀ ਸਰਪੰਚ ਵੱਲੋਂ ਦੂਜਾ ਪ੍ਰਾਈਜ਼ 51,000। ਇਹ ਭਰਾ ਜਿਹੜੇ ਸੱਦਾ ਦੇ ਰਿਹਾ ਲੱਕੀ ਪੱਲੇ ਵੱਲੋਂ ਖੁੱਲੇ ਸੱਦੇ ਆ। ਹੈਲੋ, ਹਾਂਜੀ, ਹੁਣ ਸੁੱਖੀ ਕੈਨੇਡਾ ਦਾ ਵੀ ਧੰਨਵਾਦ ਹੈ। ਹਾਂਜੀ ਬਾਈ, ਬੂਟਾ ਰਾਜਪੁਰ ਜੀ ਆ ਜਾਣ, ਬੂਟਾ ਸਾਡਾ ਵੀਰ, ਬੂਟਾ ਜੀ ਆ ਜਾਣ, ਕੱਪ ਚੱਕ ਲਈਏ ਵੀਰ, ਇੱਕ ਬੰਦਾ ਭੇਜ ਦੇ ਆਪਾਂ। ਜੱਸਾ ਕਿੱਥੇ ਆ, ਜੱਸਾ ਕਰਖਣਾ, ਮਨੀ ਧੂੜ ਕਿੱਥੇ ਆ, ਮਨੀ ਧੂੜ, ਜਗਸੀਰ ਬਟਾਰੀ ਤੇ ਨਾਲ
जसे कढ़ाणी वालों धन्यवाद किया जा रहा साडे वीर दा बहुत बहुत धन्यवाद लक्की उन्हां दा उधर साडे वीर सिमी हांगकांग नाल मनी बजन दा धन्यवाद है काला कढ़ौरी वाला जा कीपा ਘਣੀਆਂ ਵਾਲਾ ਕਾਲਾ ਮਨੀ ਧੂੜ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਹੈ ਸਾਡੇ ਕਾਲੇ ਵੀਰ ਵੱਲੋਂ ਮਨੀ ਧੂੜ ਦਾ ਧੰਨਵਾਦ ਕਾਲਾ ਘਣੀਆਂ ਕਾਲਾ ਘਣੀਆਂ ਵਾਲ ਗਰਾਊਂਡ ਚ ਆ ਜਾਵੇ ਜੀ ਸਿਮੀ ਹਾਂਗਕਾਂਗ ਸਾਡਾ ਵੀਰ ਨਾਲ ਠੇਕੇਦਾਰ ਹੋਣੀ ਫਰੀਦਪੁਰੀਏ ਲਛਮਣ ਸਰਾਦ ਹੋਣੀ ਹਰਦੀਪ ਧਾਲੀਵਾਲ ਹੋਣੀ ਗਿੱਲ ਵਾਈ ਹੋਣੀ ਉਪੋਗੀ ਵਾਲੇ ਨਾਲ ਨਮਾਜ਼ਦੀਨ ਜੀ ਬਾਬੂ ਪ੍ਰਧਾਨ ਜੀ ਸਾਰੀ ਮਲੇਰਕੋਟਲੇ ਦੀ ਟੀਮ ਦਾ ਧੰਨਵਾਦ ਹੈ ਜੀ ਦੋ ਜਨਵਰੀ ਨੂੰ ਰੌਣਕਾਂ ਲੱਗਣੀਆਂ ਨੇ ਅਮਰਗੜ੍ਹ